ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 101 ਐਸੇ ਕਿਤਾਬ ਦਾ ਅਗਲਾ ਚੈਪਟਰ ਪੜਾਂਗੇ ਇਸ ਚੈਪਟਰ ਦਾ ਨਾਮ ਹੈਗਾ ਰੀਡ ਦਿਸ ਇਫ ਯੂ ਡੋਂਟ ਨੋ ਵਾਟ ਯੂ ਡੂਇੰਗ ਇਨ ਯੂਰ ਲਾਈਫ ਕਹਿੰਦੇ ਜੇ ਤੁਸੀਂ ਕਿਸੇ ਨੌਜਵਾਨ ਨੂੰ ਪੁੱਛੋਗੇ ਵੀ ਤੇਰੀ ਜ਼ਿੰਦਗੀ 'ਚ ਇੱਦਾਂ ਦੀ ਕਿਹੜੀ ਚੀਜ਼ ਆ ਜਿਹੜੀ ਤੈਨੂੰ ਮੁੱਖ ਤੌਰ 'ਤੇ ਤਣਾਅ ਦੇ ਰਹੀ ਆ ਕਹਿੰਦੇ ਉਹ ਜ਼ਿਆਦਾਤਰ ਇੱਦਾਂ ਦੀ ਚੀਜ਼ ਹੁੰਦੀ ਆ ਜਿਹੜੀ ਡਾਊਟ ਦੇ ਨਾਲ ਰਿਲੇਟ ਹੁੰਦੀ ਆ ਜ਼ਿਆਦਾਤਰ ਲੋਕ ਕਹਿਣਗੇ ਮੈਨੂੰ ਨਹੀਂ ਪਤਾ ਮੈਂ ਜ਼ਿੰਦਗੀ 'ਚ ਕੀ ਕਰ ਰਿਹਾ ਤੁਸੀਂ ਸੋਚੋ ਤੁਸੀਂ ਕਿੰਨੀ ਕੁ ਵਾਰ ਸੁਣਿਆ ਲੋਕਾਂ ਨੂੰ ਇੱਦਾਂ ਕਹਿੰਦੇ ਆ ਜਾਂ ਤੁਸੀਂ ਕਿੰਨੀ ਕੁ ਵਾਰ ਲੋਕਾਂ ਨੂੰ ਇਸ ਤਰ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ ਆਪਣੀ ਜ਼ਿੰਦਗੀ 'ਚ ਇਹ ਸਟੇਟਮੈਂਟ ਕਹਿੰਦੇ ਕਿੱਥੋਂ ਆਈ ਕਹਿੰਦੇ ਇੱਕ ਸਮਾਜਿਕ ਤੌਰ ਦੇ ਉੱਤੇ ਤਿਆਰ ਕੀਤੀ ਗਈ ਸਟੇਟਮੈਂਟ ਆ ਜਿਹੜੀ ਆਪਾਂ ਨੂੰ ਜਦੋਂ ਆਪਾਂ ਬੱਚੇ ਹੁੰਦੇ ਹਾਂ ਉਦੋਂ ਤੋਂ ਹੀ ਆਪਣੇ ਮਨ ਦੇ ਅੰਦਰ ਇਹ ਬਿਠਾ ਦਿੱਤਾ ਜਾਂਦਾ ਜਾਂ ਆਪਾਂ ਓਬਜ਼ਰਵ ਕਰਦੇ ਹਾਂ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਹਾਂ ਸੁਣਦੇ ਹਾਂ ਅਤੇ ਆਪਾਂ ਵੀ ਉਸੇ ਤਰ੍ਹਾਂ ਕਰਨ ਲੱਗ ਜਾਂਦੇ ਹਾਂ ਆਪਣੇ 'ਚੋਂ ਕੋਈ ਵੀ ਕਹਿੰਦੇ ਇਹ ਦੱਸਣ ਦੇ ਕਾਬਲ ਨਹੀਂ ਹੈਗਾ ਵੀ ਆਪਾਂ ਅੱਜ ਤੋਂ 5 ਸਾਲਾਂ ਨੂੰ ਕੀ ਕਰ ਰਹੇ ਹੋਵਾਂਗੇ ਆਪਾਂ ਜ਼ਿੰਦਗੀ ਦੀ ਜਿਹੜੀ ਤਸਵੀਰ ਆ ਉਹ 'ਚ ਰੰਗ ਤਾਂ ਭਰ ਰਹੇ ਹਾਂ ਪਰ ਆਪਾਂ ਇਹ ਵੱਡੀ ਤਸਵੀਰ ਨੂੰ ਸਮਰਾਈਜ਼ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਨੂੰ ਪਤਾ ਵੀ ਅਸੀਂ 5 ਸਾਲਾਂ ਨੂੰ ਕੀ ਹੋਵਾਂਗੇ ਕਿਉਂਕਿ ਹੋ ਸਕਦਾ ਤੁਸੀਂ ਆਪਣੇ ਯੰਗਰ ਸੈਲਫ ਦੇ ਵਿੱਚ ਕੁਛ ਨਾ ਕੁਛ ਸੋਚਿਆ ਹੀ ਹੁੰਦਾ ਮੈਂ ਇਸ ਤਰ੍ਹਾਂ ਬਣੂ ਮੈਂ ਉਸ ਤਰ੍ਹਾਂ ਕਰੂੰਗਾ ਅਤੇ ਉਸ ਦੇ ਆਧਾਰ 'ਤੇ ਤੁਸੀਂ ਐਂ ਕਹਿੰਦੇ ਹੋ ਵੀ ਮੈਨੂੰ ਪਤਾ ਮੈਂ ਕੀ ਕਰੂੰਗਾ ਪਰ ਅਸਲ ਦੇ ਵਿੱਚ ਤੁਸੀਂ ਉਹ ਬਣਨ ਦੇ ਲਈ ਕੁਛ ਕਰ ਨਹੀਂ ਰਹੇ ਕਹਿੰਦੇ ਤੁਸੀਂ ਆਪਣੇ ਯੰਗਰ ਸੈਲਫ ਦੇ ਦੇਣਦਾਰ ਨਹੀਂ ਹੈਗੇ ਅਤੇ ਜੋ ਤੁਸੀਂ ਸੋਚਿਆ ਸੀ ਮੈਂ ਆਹ ਬਣੂੰਗਾ ਤੁਸੀਂ ਉਸ ਇਨਸਾਨ ਦੇ ਕੁਛ ਦੇਣਦਾਰ ਨਹੀਂ ਹੈਗੇ ਪਰ ਤੁਸੀਂ ਜੋ ਅੱਜ ਹੋ ਤੁਸੀਂ ਉਹਦੇ ਦੇਣਦਾਰ ਹੋ ਜੋ ਵੀ ਤੁਸੀਂ ਅੱਜ ਸੋਚ ਰਹੇ ਹੋ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਉਹ ਕਰਦੇ ਹੋ ਕਹਿੰਦੇ ਤੁਸੀਂ ਕਦੇ ਸੋਚਿਆ ਵੀ ਜਿਹੜੀਆਂ ਚੀਜ਼ਾਂ ਤੁਸੀਂ ਕਦੇ ਸੋਚੀਆਂ ਸੀ ਵੀ ਮੇਰੇ ਕੋਲ ਹੋਣਗੀਆਂ ਉਹ ਤੁਹਾਡੇ ਕੋਲ ਅੱਜ ਕਿਉਂ ਨਹੀਂ ਹੈਗੀਆਂ ਕਿਉਂਕਿ ਅੱਜ ਤੁਸੀਂ ਗਰੋਹ ਹੋ ਗਏ ਤੁਸੀਂ ਉੱਦਾਂ ਨਹੀਂ ਸੋਚਦੇ ਜਾਂ ਤੁਸੀਂ ਉਹ ਚੀਜ਼ਾਂ ਨੂੰ ਉਨੀ ਸ਼ਿੱਦਤ ਦੇ ਨਾਲ ਨਹੀਂ ਚਾਹੁੰਦੇ ਜਿੰਨੀਆਂ ਨਾਲ ਤੁਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਚਾਹੁੰਦੇ ਸੀ ਅਤੇ ਜੇ ਤੁਸੀਂ ਚਾਹੁੰਦੇ ਹੁੰਦੇ ਤਾਂ ਤੁਸੀਂ ਉਹ ਬਣ ਚੁੱਕੇ ਹੁੰਦੇ ਜਾਂ ਉਹ ਚੀਜ਼ਾਂ ਤੁਹਾਡੇ ਕੋਲ ਹੁੰਦੀਆਂ ਅਤੇ ਜੇ ਤੁਸੀਂ ਹੁਣ ਐਂ ਸੋਚ ਰਹੇ ਹੋ ਵੀ ਮੈਂ ਆਪਣੀ ਜ਼ਿੰਦਗੀ ਦੇ ਨਾਲ ਫਿਰ ਕੀ ਕਰਾਂ ਤਾਂ ਤੁਸੀਂ ਇੱਕ ਲਿੰਬੋ ਸਿਚੁਏਸ਼ਨ ਦੇ ਵਿੱਚੋਂ ਜਿੱਥੇ ਤੁਸੀਂ ਇੱਕ ਤਾਂ ਰਿਲਾਈਜ਼ ਕਰ ਲਿਆ ਵੀ ਮੈਂ ਉਹ ਨਹੀਂ ਚਾਹੁੰਦਾ ਜੋ ਤੁਸੀਂ ਅੱਜ ਤੋਂ ਕੁਛ ਸਾਲ ਪਹਿਲਾਂ ਚਾਹੁੰਦੇ ਸੀ ਵੀ ਮੈਂ ਆਹ ਬਣੂੰਗਾ ਜਾਂ ਕਰੂੰਗਾ ਦੂਜਾ ਤੁਸੀਂ ਆਪਣੇ ਆਪ ਨੂੰ ਕੁਐਸਚਨ ਕਰ ਰਹੇ ਹੋ ਕਿ ਫਿਰ ਮੈਨੂੰ ਆਪਣੀ ਲਾਈਫ ਦੇ ਵਿੱਚ ਕੀ ਚਾਹੀਦਾ ਮੈਂ ਕੀ ਕਰਨਾ ਚਾਹੁੰਦਾ ਕਹਿੰਦੇ ਜਦੋਂ ਤੁਸੀਂ ਐਂ ਸੋਚਦੇ ਹੋ ਵੀ ਮੈਨੂੰ ਪਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਚਾਹੁੰਦਾ ਮੈਂ ਕਿਸ ਰਸਤੇ ਦੇ ਉੱਤੇ ਤੁਰ ਰਿਹਾ ਤਾਂ ਇਹ ਤੁਹਾਡੀ ਭੁੱਖ ਨੂੰ ਸ਼ਾਂਤ ਕਰਦਾ ਜਿਹੜੀ ਤੁਹਾਡੇ ਅੰਦਰ ਕੁਛ ਕਰਨ ਦੀ ਭੁੱਖ ਹੁੰਦੀ ਆ ਉਹਨੂੰ ਇਹ ਸ਼ਾਂਤ ਕਰਦਾ ਉਹ ਨੈਰੇਟਿਵ ਜਿਹੜਾ ਤੁਸੀਂ ਅੱਜ ਤੋਂ ਕੁਛ ਸਾਲ ਪਹਿਲਾਂ ਸੋਚਦੇ ਸੀ ਪਰ ਤੁਸੀਂ ਅਸਲ 'ਚ ਉਹਦੇ ਲਈ ਕੁਛ ਨਹੀਂ ਕਰ ਰਹੇ ਉਹ ਸੋਚਣ ਦੇ ਨਾਲ ਤੁਹਾਡੇ ਮਨ ਦੇ ਵਿੱਚ ਇੱਕ ਭਰਮ ਪੈਦਾ ਹੁੰਦਾ ਅਤੇ ਇਹ ਵਹਿਮ ਆ ਜਿਹੜਾ ਤੁਹਾਡੀ ਭੁੱਖ ਨੂੰ ਸ਼ਾਂਤ ਕਰ ਦਿੰਦਾ ਅਤੇ ਤੁਹਾਨੂੰ ਐਂ ਕਹਿੰਦਾ ਵੀ ਤੇਰਾ ਪਾਥ ਤੇਰੇ ਸਾਹਮਣੇ ਆ ਹੁਣ ਤੈਨੂੰ ਕੁਛ ਚੂਜ਼ ਕਰਨ ਦੀ ਲੋੜ ਨਹੀਂ ਹੈਗੀ ਅਤੇ ਇੱਥੇ ਜ਼ਿਆਦਾਤਰ ਲੋਕ ਆ ਜਿਹੜੇ ਸਟੱਕ ਹੋ ਜਾਂਦੇ ਆ ਕਿਉਂਕਿ ਜਿਹੜੀ ਭੁੱਖ ਆ ਕੁਛ ਵੀ ਕਰਨ ਦੇ ਲਈ ਕੁਛ ਵੀ ਪਾਉਣ ਦੇ ਲਈ ਭੁੱਖ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਨੋਰਮਲ ਬਿਹੇਵੀਅਰ ਆ ਵੀ ਜਦੋਂ ਤੁਹਾਡੀ ਭੁੱਖ ਸ਼ਾਂਤ ਹੋ ਜਾਂਦੀ ਹੈ ਤਾਂ ਤੁਸੀਂ ਫਿਰ ਲੱਭਦੇ ਨਹੀਂ ਹੋਰ ਚੀਜ਼ਾਂ ਅਤੇ ਬਹੁਤੇ ਲੋਕ ਇਸ ਕਰਕੇ ਕੁਛ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਆਪਣੇ ਮਨ ਨੂੰ ਇੱਕ ਵਹਿਮ ਵੇਚਤਾ ਵੀ ਮੈਨੂੰ ਪਤਾ ਮੈਂ ਜ਼ਿੰਦਗੀ 'ਚ ਕੀ ਕਰ ਰਿਹਾ ਪਰ ਅਸਲ 'ਚ ਤੁਸੀਂ ਕੁਛ ਨਹੀਂ ਕਰ ਰਹੇ ਅੱਗੇ ਦੱਸਦੇ ਆ ਵੀ ਤੁਸੀਂ ਇਸ ਚੀਜ਼ ਨੂੰ ਛੱਡੋ ਵੀ ਤੁਸੀਂ ਆਪਣੀ ਜ਼ਿੰਦਗੀ ਨਾਲ ਕੀ ਕਰਨਾ ਕਹਿੰਦੇ ਤੁਸੀਂ ਐਂ ਦੱਸੋ ਤੁਸੀਂ ਅੱਜ ਕੀ ਕਰ ਰਹੇ ਹੋ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਕਿਹੜੀਆਂ ਚੀਜ਼ਾਂ 'ਤੇ ਤੁਹਾਨੂੰ ਗੁੱਸਾ ਆਉਂਦਾ ਅਤੇ ਜਿਸ ਬੰਦੇ ਨੂੰ ਵੀ ਤੁਸੀਂ ਐਡਮਾਇਰ ਕਰਦੇ ਹੋ ਜੇ ਤੁਸੀਂ ਅੱਜ ਉਹ ਬਣ ਜਾਓ ਤਾਂ ਤੁਸੀਂ ਕਿਹੜੀ ਚੇਂਜ ਕਰੋਗੇ ਕੀ ਤੁਸੀਂ ਕਰਨਾ ਚਾਹੋਗੇ ਜੇ ਸੋਸ਼ਲ ਮੀਡੀਆ ਐਗਜ਼ਿਸਟ ਨਾ ਕਰੇ ਤਾਂ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਤੁਸੀਂ ਇਸ ਵੀਕਐਂਡ ਦੇ ਉੱਤੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹੈਗੇ ਨੇ ਅਤੇ ਫਿਰ ਘੜੀ ਪਲ ਰੁਕ ਕੇ ਇਸ ਸਿਚੁਏਸ਼ਨ ਨੂੰ ਵਿਚਾਰੋ ਅਤੇ ਇਹੀ ਕੁਐਸਚਨ ਆ ਵੀ ਮੈਂ ਆਪਣੀ ਜ਼ਿੰਦਗੀ 'ਚ ਕੀ ਚਾਹੁੰਦਾ ਰੋਜ਼ ਆਪਣੇ ਆਪ ਨਾਲ ਗੱਲ ਕਰੋ ਅਤੇ ਆਪਣੇ ਆਪ ਨੂੰ ਪੁੱਛੋ ਮੈਨੂੰ ਜ਼ਿੰਦਗੀ ਵਿੱਚ ਕੀ ਚਾਹੀਦਾ ਤੁਸੀਂ ਦੇਖੋਗੇ ਜਿਹੜਾ ਕੁਐਸਚਨ ਜਿਹੜੀ ਫੀਲਿੰਗ ਵਾਰ ਵਾਰ ਤੁਹਾਡੇ ਸਾਹਮਣੇ ਆ ਰਹੀ ਆ ਵੀ ਮੈਂ ਆਹ ਬਣਨਾ ਚਾਹੁੰਦਾ ਆਪਾਂ ਨੂੰ ਐਂ ਕਰਨਾ ਚਾਹੀਦਾ ਉਹੀ ਚੀਜ਼ ਆ ਜਿਹੜਾ ਤੁਹਾਡਾ ਸੱਚ ਹੈ ਜੋ ਤੁਹਾਨੂੰ ਅਸਲ ਦੇ ਵਿੱਚ ਕਰਨਾ ਚਾਹੀਦਾ ਜਿਹੜਾ ਤੁਹਾਡਾ ਘਰ ਬਣੂਗਾ ਅਤੇ ਇੱਕ ਇਹੋ ਜਿਹਾ ਸੱਚ ਹੈ ਵੀ ਇਹ ਕਿੰਨਾ ਵੀ ਥੱਲੇ ਦੱਬਿਆ ਹੋਵੇ ਜਦੋਂ ਤੁਸੀਂ ਆਪਣੇ ਆਪ ਨੂੰ ਸਵਾਲ ਕਰਦੇ ਹੋ ਤੁਹਾਡਾ ਮਨ ਉਸ ਸੱਚ ਨੂੰ ਕਿੰਨੀਆਂ ਵੀ ਪਰਤਾਂ ਤੋਂ ਥੱਲੋਂ ਉੱਪਰ ਚੱਕ ਲਿਆਊਗਾ ਅਤੇ ਤੁਹਾਨੂੰ ਦੱਸੂਗਾ ਵੀ ਤੁਹਾਨੂੰ ਆਹ ਚੀਜ਼ ਕਰਨੀ ਚਾਹੀਦੀ ਹੈ ਇਸ ਚੀਜ਼ ਦੇ ਉੱਤੇ ਕੰਮ ਕਰਨਾ ਚਾਹੀਦਾ ਸੋ ਬਹੁਤ ਪੋਟੈਂਸ਼ੀਅਲ ਹੁੰਦੀ ਆ ਹਰੇਕ ਹਿਊਮਨ ਬੀਇੰਗ ਦੇ ਵਿੱਚ ਕਿਉਂਕਿ ਤੁਸੀਂ ਸੋਚ ਸਕਦੇ ਹੋ ਅਤੇ ਇਹੀ ਸੋਚ ਤੁਹਾਨੂੰ ਬਾਕੀਆਂ ਨਾਲੋਂ ਅੱਡ ਕਰਦੀ ਹੈ ਸੋ ਇਹਨੂੰ ਕਦੇ ਵੀ ਅਜਾਈ ਨਾ ਜਾਣ ਦਿਓ ਆਪਣੇ ਮਨ ਨੂੰ ਕੋਈ ਵਹਿਮ ਨਾ ਵੇਚੋ ਕਿ ਮੈਂ ਜਾਣਦਾ ਕਿ ਮੈਂ ਕੀ ਕਰਨਾ ਆਪਣੇ ਆਪ ਨੂੰ ਸਵਾਲ ਕਰੋ
ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਅੱਜ ਕੀ ਕਰਦੇ ਹੋ। ਆਪਣੇ ਸਰੀਰ ਨੂੰ ਜਾਣੋ। ਸੋਸ਼ਲ ਮੀਡੀਆ 'ਤੇ ਆਪਾਂ ਪੂਰੀ ਦੁਨੀਆ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਆਪਾਂ ਆਪਣੇ ਆਪ ਨੂੰ ਹੀ ਨਹੀਂ ਜਾਣ ਪਾਏ ਕਿ ਆਪਾਂ ਕੀ ਕਰ ਸਕਦੇ ਹਾਂ, ਆਪਾਂ ਨੂੰ ਕੀ ਪਸੰਦ ਆ ਕੀ ਨਹੀਂ ਪਸੰਦ। ਸੋ ਜ਼ਰੂਰ ਕਰੋ ਆਪਣੇ ਆਪ ਨੂੰ ਇਹ ਸਵਾਲ ਕਿ ਮੈਨੂੰ ਕੀ ਚਾਹੀਦਾ, ਮੈਂ ਕੀ ਚਾਹੁੰਦਾ ਆਪਣੀ ਜ਼ਿੰਦਗੀ 'ਚ। ਅਤੇ ਮੈਨੂੰ ਲੱਗਦਾ ਤੁਹਾਨੂੰ ਤੁਹਾਡਾ ਜਵਾਬ ਆ ਜਿਹੜਾ ਜ਼ਰੂਰ ਮਿਲ ਜੂਗਾ। ਅਸੀਂ ਆਸ ਕਰਦੇ ਹਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਕਰੋ, ਕਿਉਂਕਿ ਤੁਸੀਂ ਚੰਗਾ ਕਰਨ ਦੇ ਲਈ ਬਣੇ ਹੋ। ਅਤੇ ਜਿੱਦਣ ਵੀ ਤੁਹਾਨੂੰ ਤੁਹਾਡਾ ਜਵਾਬ ਮਿਲਦਾ, ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਪੋਟੈਂਸ਼ੀਅਲ ਨੂੰ ਜਗਾਓ, ਆਪਣੇ ਸੁਪਨਿਆਂ ਨੂੰ ਜਿਉਵੋ, ਕਿਉਂਕਿ ਉਹ ਤੁਹਾਡੇ ਸੁਪਨੇ ਨੇ। ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ। ਅਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ ਜੀ।